ਹਾਂਜੀ ਪੰਜਾਬੀ ਰਿਟੇਸ਼ਨ ਸਪੀਡ 90 ਦੀ 450 ਸ਼ਬਦ 5 ਮਿੰਟਾਂ ਦੇ ਵਿੱਚ ਡਿਕਟੇਟ ਕਰਾਂਗੇ ਹਾਂਜੀ ਰੈਡੀ ਸਟਾਰਟ ਮਿੱਤਰਤਾ ਦੇ ਵੀਜ ਵੀਜੋ ਕਿਉਂਕਿ ਮਿੱਤਰਤਾ ਦੀ ਖੇਤੀ ਖੁਸ਼ੀਆਂ ਦੀ ਫਸਲ ਲੈ ਕੇ ਆਉਂਦੀ ਹੈ ਡੰਡੀ ਪਰ ਉਸ ਵਾਸਤੇ ਵਿਸ਼ਵਾਸ ਦੀ ਜ਼ਮੀਨ ਅਤੇ ਪਿਆਰ ਦੇ ਬੀਜ ਜ਼ਰੂਰ ਹੋਣੇ ਚਾਹੀਦੇ ਹਨ ਡੰਡੀ ਸੱਚਾ ਮਿੱਤਰ ਉਹ ਹੁੰਦਾ ਹੈ ਜਿਹੜਾ ਤੁਹਾਡੀ ਖੁਸ਼ੀ ਦੇ ਪਿੱਛੇ ਛਿਪੇ ਦਰਦ ਗੁੱਸੇ ਦੇ ਪਿੱਛੇ ਪਿਆਰ ਅਤੇ ਤੁਹਾਡੀ ਖਾਮੋਸ਼ੀ ਦਾ ਕਾਰਨ ਸਮਝ ਸਕੇ ਡੰਡੀ ਉਹ ਅੱਖਾਂ ਵਿੱਚ ਅਥਰੂ ਚਿਹਰੇ ਤੋਂ ਪਰੇਸ਼ਾਨੀ ਦਿਲ ਤੋਂ ਮਾਇੂਸੀ ਜ਼ਿੰਦਗੀ ਚੋਂ ਦਰਦ ਅਤੇ ਹੱਥਾਂ ਦੀਆਂ ਮਾੜੀਆਂ ਲਕੀਰਾਂ ਨੂੰ ਚਰਾਉਣ ਦੀ ਵੀ ਹਿੰਮਤ ਰੱਖਦਾ ਹੋਵੇ ਡੰਡੀ ਉਹ ਸਾਡਾ ਦੁੱਖ ਆਪਣੇ ਤੇ ਨਹੀਂ ਲੈ ਸਕਦਾ ਪਰ ਮੁਸੀਬਤ ਵਿੱਚ ਸਾਡਾ ਹੌਂਸਲਾ ਵਧਾ ਕੇ ਸਾਨੂੰ ਸੰਘਰਸ਼ ਕਰਨ ਅਤੇ ਦੁੱਖ ਦਰਦ ਨੂੰ ਹਰਾ ਕੇ ਜੰਗ ਜਿੱਤਨ ਦੀ ਪ੍ਰੇਰਣਾ ਦਿੰਦਾ ਹੈ ਜਿਸ ਕਾਰਨ ਉਸ ਦੀ ਮੌਜੂਦਗੀ ਸਾਡੀ ਤਾਕਤ ਹੋਰ ਵਧਾ ਦਿੰਦੀ ਹੈ ਡੰਡੀ ਇਸ ਲਈ ਤਾਂ ਮਿੱਤਰਤਾ ਹੌਲੀ-ਹੌਲੀ ਕਰੋ ਪਰ ਜਦੋਂ ਹੋ ਜਾਵੇ ਤਾਂ ਉਸ ਨੂੰ ਹਰ ਰੋਜ਼ ਮજબૂત ਕਰੋ ਡੰਡੀ ਚੰਗਾ ਮਿੱਤਰ ਬਣਾਉਣ ਲਈ ਪਹਿਲਾਂ ਆਪ ਚੰਗਾ ਮਿੱਤਰ ਬਣਨਾ ਪੈਂਦਾ ਹੈ ਡੰਡੀ ਇਹ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ ਜਿਹੜਾ ਖੂਨ ਦਾ ਨਾ ਹੋ ਕੇ ਵਿਸ਼ਵਾਸ ਟਿੱਕਿਆ ਹੁੰਦਾ ਹੈ ਡੰਡੀ ਇਹ ਇੱਕ ਅਨਮੋਲ ਰਿਸ਼ਤਾ ਹੈ ਜਿਸ ਦਾ ਸਬੰਧ ਜਨਮ ਜਾਂ ਵਿਆਹ ਨਾਲ ਨਹੀਂ ਹੁੰਦਾ ਬਲਕਿ ਤਿਆਗ ਅਤੇ ਇਮਾਨਦਾਰੀ ਨਾਲ ਹੁੰਦਾ ਹੈ ਡੰਡੀ ਸਾਨੂੰ ਹਰ ਰਿਸ਼ਤਾ ਜਨਮ ਦੇ ਨਾਲ ਹੀ ਮਿਲ ਜਾਂਦਾ ਹੈ ਕੁਝ ਰਿਸ਼ਤੇ ਤਾਂ ਜਨਮ ਤੋਂ ਵੀ ਪਹਿਲਾਂ ਤੈ ਹੋ ਜਾਂਦੇ ਹਨ ਡੰਡੀ ਪਰ ਮਿੱਤਰਤਾ ਇਸ ਤਰ੍ਹਾਂ ਦਾ ਰਿਸ਼ਤਾ ਹੈ ਜਿਸ ਦੀ ਚੋਣ ਉਹ ਆਪ ਕਰਦਾ ਹੈ ਜਿਸ ਵਿੱਚ ਰੰਗ ਰੂਪ ਜਾਤ ਪਾਤ ਉੱਚ ਨੀਚ ਅਤੇ ਅਮੀਰੀ ਗਰੀਬੀ ਲਈ ਕੋਈ ਜਗਾ ਨਹੀਂ ਹੁੰਦੀ ਡੰਡੀ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਪੁਸਤਕ ਗਿਆਨ ਦੀ ਕੁੰਜੀ ਹੈ ਪਰ ਸੱਚਾ ਮਿੱਤਰ ਤਾਂ ਪੂਰੀ ਲਾਇਬ੍ਰੇਰੀ ਹੁੰਦਾ ਹੈ ਡੰਡੀ ਇਹ ਰਿਸ਼ਤਾ ਜਿੰਨਾ ਗੂੜਾ ਹੁੰਦਾ ਹੈ ਉਨੀ ਇਸ ਦੀ ਨੀ ਮਜਬੂਤ ਹੁੰਦੀ ਹੈ ਡੰਡੀ ਇਹ ਇੱਕ ਅਨਮੋਲ ਧਨ ਹੈ ਜੋ ਮੁਸੀਬਤ ਵੇਲੇ ਹਮੇਸ਼ਾ ਸਾਡੀ ਮਦਦ ਕਰਦਾ ਹੈ ਡੰਡੀ ਜੇ ਮਿੱਤਰਤਾ ਤੁਹਾਡੀ ਕਮਜ਼ੋਰੀ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਹੋ ਡੰਡੀ ਫੇਸਬੁੱਕ ਵਟਸਐਪ ਅਤੇ ਨੈਟ ਆਦ ਨੇ ਤਾਂ ਇਸ ਦੁਨੀਆ ਨੂੰ ਹੋਰ ਵੀ ਖਾਸ ਅੱਜ ਤਾਂ ਹੈ ਡੰਡੀ ਖਾਸ ਕਰਕੇ ਅੱਜ ਦੀ ਨੌਜਵਾਨ ਪੀੜੀ ਸੋਸ਼ਲ ਸਾਈਟਸ ਰਾਹੀਂ ਪੁਰਾਣੇ ਮਿੱਤਰਾਂ ਨਾਲ ਵੀ ਰਿਸ਼ਤੇ ਜੋੜ ਰਹੀ ਹੈ ਡੰਡੀ ਪਰ ਫਿਰ ਵੀ ਬਿਨਾ ਜਾਣ ਪਹਿਚਾਨ ਦੇ ਬਣਾਏ ਗਏ ਮਿੱਤਰਾਂ ਦੇ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕੁਝ ਸਵਾਰਥੀ ਮਿੱਤਰ ਜੀਵਨ ਵਿੱਚ ਪੁਲ ਬਣਾਉਣ ਦੀ ਜਗ੍ਹਾ ਦੁਸ਼ਮਣੀ ਦੀਆਂ ਦੀਵਾਰਾਂ ਖੜੀਆਂ ਕਰ ਲੈਂਦੇ ਹਨ ਡੰਡੀ ਲਾਲਚ ਅਤੇ ਸਵਾਰਥ ਤੇ ਟਿੱਕੀ ਮਿੱਤਰਤਾ ਬਹੁਤ ਦੇਰ ਤੱਕ ਨਹੀਂ ਚੱਲ ਸਕਦੀ ਡੰਡੀ ਅਧੁਨਿਕ ਤਕਨੀਕਾਂ ਰਾਹੀਂ ਕਈ ਲੋਕ ਆਪਣੇ ਸਵਾਰਥ ਵਾਸਤੇ ਭੋਲੇ ਭਾਲੇ ਲੋਕਾਂ ਨਾਲ ਮਿੱਤਰਤਾ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਅਤੇ ਇਸਤੇਮਾਲ ਕਰਨ ਤੋਂ ਬਾਅਦ ਰਸਤਾ ਬਦਲ ਲੈਂਦੇ ਹਨ ਡੰਡੀ ਇਸ ਕਰਕੇ ਮਿੱਤਰ ਬਣਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਡੰਡੀ ਮਿੱਤਰ ਹਮੇਸ਼ਾ ਸੋਚ ਸਮਝ ਕੇ ਬਣਾਉਣਾ ਚਾਹੀਦਾ ਹੈ ਡੰਡੀ ਮਿੱਤਰਤਾ ਦਾ ਦਾਇਰਾ ਵਡਾ ਵਿਸ਼ਾਲ ਹੁੰਦਾ ਹੈ ਇਸ ਲਈ ਉਸ ਨੂੰ ਰੱਬ ਵਰਗਾ ਅਹੁਦਾ ਪ੍ਰਾਪਤ ਹੈ ਡੰਡੀ ਪਿਓ ਪੁੱਤਰ ਮਾਂ ਧੀ ਭਰਾ ਭਰਾ ਅਤੇ ਭੈਣਾ ਭੈਣਾ ਵੀ ਚੰਗੇ ਮਿੱਤਰ ਵਰਣਨ ਦੀ ਕੋਸ਼ਿਸ਼ ਕਰ ਸਕਦੇ ਹਨ ਡੰਡੀ ਸਟਾਪ